हमले किए घट भी सौ बंदा जख्मी होया हमला किया किसान संगठनों द्वारा दी गई दिल्ली चलो कॉल का आज दूसरा दिन है शंभू बॉर्डर पर हम लोग मौजूद हैं आज दूसरे दिन की तैयारियां किसान किस तरह से कर रहे हैं देखिए शंभू बॉर्डर पर यहाँ पर चाय और नाश्ते की व्यवस्था की गई है जो भी किसान यहाँ आ, कल पहुंचे थे ट्रैक्टर ट्रॉलियों में जिन्होंने रात गुजारी वो आज सुबह का नाश्ता देखिए उनका किस तरह का है ये चाय है और साथ में ब्रेड है और साथ में रखे हैं रस्क तो ये इंतजाम किसानों के लिए यहाँ पर किए गए हैं ताकि उनके दिन की शुरुआत अच्छी हो और बहुत सारे किसान हमारे साथ मौजूद हैं हाथ में उन्होंने किसानी के जो उनके संगठन है उनके झंडे उठाए हुए हैं इनसे जानेंगे कि कल की रात उनकी कैसे बीती ਔਰ ਇਹ ਤਿਆਰੀਆਂ ਦਿੱਲੀ ਚਲੋ ਕੀ ਉਹ ਕਦੋਂ ਸੇ ਕਰ ਰਹੇ ਥੇ ਕੀ ਕੀ ਉਨਕੀ ਦਿੱਕਤਾਂ ਹੈ ਔਰ ਅੱਜ ਉਨਕਾ ਕੀ ਪਲਾਨ ਆਫ ਐਕਸ਼ਨ ਰਹੇਗਾ ਉਨਿसे ਬਾਤਚਿਤ ਕਰਤੇ ਆਪਸੇ ਸ਼ੁਰੂਆਤ ਕਰ ਲਿਓ ਆਪ ਆਪਣਾ ਨਾਮ ਬਤਾ ਦਿਜੀਏ ਕਹਾਂ ਸੇ ਆਏ ਹਾਂ ਹਾਂ ਅਮਰਸਰ ਸੇ ਆਏ ਹਾਂ ਸਕਤਰ ਸਿੰਘ ਹੈਨੀ ਅੱਛਾ ਹਾਂਜੀ ਤੇ ਪਹਿਲਾਂ ਇਹ ਦੱਸ ਦਿਓ ਤੁਹਾਨੂੰ ਕਿਹੜੀ ਜੀ ਡਿਫਿਕਲਟੀ ਆਈ ਦਿੱਕਤ ਕਿਹੜੀ ਆਈ ਸਾਨੂੰ ਸਾਰੀਆਂ ਮੁਸ਼ਕਲਾਂ ਸਰਕਾਰ ਨੇ ਪੂਰਜੋਰ ਸਾਡੇ ਤੇ ਜ਼ੋਰ ਲਾਇਆ ਸਾਨੂੰ ਅਤਵਾਦੀ ਸਮਝ ਕੇ ਸਾਡੇ ਦੇ ਹਮਲੇ ਕੀਤੇ ਆ ਘੱਟ ਤੋਂ ਘੱਟ ਵੀ ਸਾਡਾ 100 ਬੰਦਾ ਜ਼ਖਮੀ ਹੋਇਆ ਸਰਕਾਰ ਇੱਕ ਵੀ ਆਪਣਾ ਬੰਦਾ ਜ਼ਖਮੀ ਦਿਖਾ ਦੇ ਵੀ ਕਿਸੇ ਦੇ ਪੱਥਰ ਵਜਾ ਜਾਂ ਅਸੀਂ ਕੋਈ ਗਲਤੀ ਕੀਤੀ ਹੋਵੇ ਪਿਆਰ ਭਾਉਣਾ ਨਾ ਅਸੀਂ ਅੱਗੇ ਵਧਣੇ ਆ ਪਰ ਸਾਨੂੰ ਆਦਤਕਵਾਦੀ ਸਮਝ ਕੇ ਅੱਤਵਾਦੀ ਸਮਝ ਕੇ ਸਾਡੇ ਤੇ ਪੂਰ ਜੋਰ ਹਮਲਾ ਕੀਤਾ ਸਾਡੇ ਨੌਜਵਾਨੀ ਦੋ ਤਿੰਨ ਰਾਤ ਦੇ ਪਤਾ ਲੱਗਾ ਸ਼ਹੀਦ ਹੋਏ ਉਹ ਹਰਿਆਣਾ ਪੁਲਿਸ ਇਹ ਦਾਵਾ ਕਰ ਰਹੀ ਹੈ ਕਿ ਉਹਨਾਂ ਕੇ ਵੀ 15 ਜਵਾਨ 25 ਜਵਾਨ ਘਾਇਲ ਹੋਏ 15 ਇਸਾਈਡ ਤੇ ਔਰ 9 ਜਿੰਦ ਮੇ ਬਿਲਕੁਲ ਝੂਠ ਹੈ ਸਰ ਪੂਰਾ ਆਪਣਾ ਰਾਜਪੁਰਾ ਆਪਣਾ ਪਿਛਲਾ adda ਹੈਗਾ ਰਾਜਪੁਰਾ ਮੇਰੇ ਖਿਆਲ ਚ ਉਸ ਸਾਰਾ ਹਸਪੀਟਲ ਹਸਪੀਟਲ ਭਰਿਆ ਹੋਇਆ ਵਾ ਸਾਡੇ ਕਿਸਾਨਾਂ ਦੇ ਜ਼ਖਮੀ ਹੋਣਾ ਬੈੱਡ ਨਹੀਂ ਮਿਲ ਰਹੇ ਸਾਨੂੰ ਦਾਖਲ ਕਰਾਉਣ ਵਾਸਤੇ ਇੱਕ ਵੀ ਬੰਦਾ ਆਪਣਾ ਆਪਣਾ ਕਾਨਫਰੈਂਸ ਕਰਕੇ ਆਪਣਾ ਮੀਡੀਆ ਦੇ ਗਾੜੀ ਤੋਂ ਸਾਨੂੰ ਸਰਕਾਰ ਆਪਕੇ ਆਪਕੇ ਚਿਹਰੇ 'ਤੇ ਵੀ ਚੋਟ ਲੱਗੀ ਹੋਈ ਸਰ ਇਸ ਚੋਟ ਤਾਂ ਐਸੇ ਫਿਰਤਲੋਂ ਲੱਗਦਾ ਹੈ ਕਿਉਂਕਿ ਸਾਹਮਣੇ ਮੁੱਠਪਨੇ ਕਾ ਆਪਕੋ ਐਮਬੂਲੈਂਸ ਨਹੀਂ ਮਿਲ ਰਹੀ ਹੈ ਤੋ ਸਰਕਾਰ ਨੇ ਕੋਈ ਇੰਤਜ਼ਾਮ ਨਹੀਂ ਕੀਆ ਸਰ ਨਹੀਂ ਹੈ ਐਮਬੂਲੈਂਸ ਹੈ ਪਰ ਜ਼ਖਮੀ ਜਿਆਦਾ ਬੰਦੇ ਹੋਏ ਨੇ ਸਾਡੇ ਬੈੱਡ ਨਹੀਂ ਮਿਲ ਰਹੇ ਅੰਦਰ ਹਾਂਜੀ ਅੱਜ ਆਪਕਾ ਕੀ ਪਲਾਨ ਆਫ ਐਕਸ਼ਨ ਰਹੇਗਾ ਸਰ ਪਲਾਨ ਆਫ ਐਕਸ਼ਨ ਇਹੀ ਹੈ ਹਮ ਪਿਆਰ ਨਾਲ ਵਧਾਂਗੇ ਸਰਕਾਰ ਨੂੰ ਵੀ ਚਾਹੀਦਾ ਵਾ ਵੀ ਸਾਨੂੰ ਪਿਆਰ ਨਾਲ ਹਮਦਰਦੀ ਸਾਡੇ ਨਾਲ ਕਰੇ ਸਾਨੂੰ ਅੱਗੇ ਜਾਣ ਦੇਵੇ ਅਸੀਂ ਕਿਹੜੇ ਅਤਵਾਦੀਆਂ ਅਸੀਂ ਗੋਲੀ ਸਿੱਕਾ ਲੈ ਕੇ ਆਏ ਕਰੋ ਕਿਸਾਨ ਕਹਿ ਰਹੇ ਕਿ ਸਰਕਾਰ ਕੋ ਪਿਆਰ ਸੇ ਪੇਸ਼ ਆਣਾ ਚਾਹੀਏ ਉਹਨਕੇ ਵਾਇਲੈਂਸ ਨਾ ਹੋ ਕਿਸਾਨੋ ਕੇ ਸਾਥ ਕਿਉਂਕਿ ਉਹ ਤੋ ਸਿਰਫ ਆਪਣੀ ਜੋ ਜੈਨੂਨ ਮੰਗੇ ਉਹਨਕੋ ਮਨਾਣੇ ਕੇ ਲਈ ਅੱਗੇ ਵਧ ਰਹੇ ਆਪ ਸਰ ਆਪਣਾ ਨਾਮ ਬਤਾ ਦਿਜੀਏ ਜੀਤ ਸਿੰਘ ਆਪकी कौन सी जत्थेबंदी है उसकी थोड़ी सी जानकारी देके और कहां से आए डल्लेआड़ जत्थेबंदी है साडी ਫਤੇਗੜ ਸਾਹਿਬ ਤੋਂ ਆਏ ਆ ਪਿੰਡ ਪੰਗੂਆਂ ਤੋਂ ਸਾਰੇ ਸਰਪੰਚ ਨਾਲ ساری ਸੰਗਤ ਆਈ ਹੈ ਅਸੀਂ ਨਹੀਂ ਚਾਹੁੰਦੇ ਲੜਾਈ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਬੈਠ ਕੇ ਮਸਲਾ ਜਿਹੜਾ ਹੱਲ ਹੋ ਸਕਦਾ ਹੈ ਇਹ ਜਿਹੜਾ ਲੜਦੇ ਆ ਉਹ ਵੀ ਗਾਹਾਂ ਸਾਡੇ ਬੰਦੇ ਆ ਉਹ ਵੀ ਕਿਸਾਨ ਭਰਾਵਾਂ ਦੀ ਪੁੱਤ ਹੈ ਲੜਾਈ ਅਸੀਂ ਨਹੀਂ ਚਾਹੁੰਦੇ ਅਸੀਂ ਕਹਿੰਦੇ ਬੈਠ ਕੇ ਸਾਡਾ ਜੋ ਐਮਐਸਪੀ ਦੀ ਗਾਰੰਟੀ 2 ਸਾਲ ਪਹਿਲਾਂ ਵਾਦਾ ਸਰਕਾਰਾਂ ਨੇ ਕਰਿਆ ਉਹ ਸਾਡਾ ਪੂਰਾ ਕਰ ਦੇਣਾ ਅੱਜ ਮੈਂ ਆਪਸੇ ਇੱਕ ਬਾਤ ਜਾਨਣਾ ਚਾਹਤਾ ਹਾਂ ਕਿਉਂਕਿ ਪੰਜਾਬ ਕੇ ਐਸਾ ਸਮਝਿਆ ਜਾਂਦਾ ਕਿ ਪੰਜਾਬ ਕੇ ਕਿਸਾਨ ਬਹੁਤ ਜ਼ਿਆਦਾ ਅਮੀਰ ਹੈ ਲੇਕਿਨ ਇਤਨੇ ਜ਼ਿਆਦਾ ਅਮੀਰ ਨਹੀਂ ਹੈ ਖੇਤੀ ਕਿਸਾਨੀ ਵੀ ਅਬ ਘਾਟੇ ਦਾ ਕੰਮ ਰਹਿ ਗਿਆ ਹੈ ਇਹ ਜੋ ਦਿੱਲੀ ਮਾਰਚ ਦੀ ਤਿਆਰੀਆਂ ਕੀਤੀਆਂ ਕੀ ਥੀ ਆਪਨੇ ਇਹ ਆਪਨੇ ਕੈਸੇ ਕੀਏ ਕੈਸੇ ਲੋਗੋਂ ਸੇ ਮਦਦ ਮੰਗੀ ਹੈ ਔਰ ਆਪ ਰਾਸ਼ਨ ਪਾਣੀ ਕੱਪ ਸੇ ਜਮਾ ਕਰ ਰਹੇ ਹੈ ਕੀ ਤਿਆਰੀਆਂ ਹੈ ਇਹ ਸਾਡੀਆਂ ਤਿਆਰੀਆਂ ਜਿੱਦਣ ਦਾ ਸਾਨੂੰ ਕਾਲ ਮੀਡੀਆ ਵੀ 13 ਤਰੀਕ ਨੂੰ ਦਿੱਲੀ ਕੂਚ ਕਰਨਾ ਤਾਂ ਜਥੇਬੰਦੀਆਂ ਨੇ ਸਾਡੀਆਂ ਕੌਲਾਂ ਲਾਤੀਆਂ ਤਾਂ ਸਾਰੇ ਕੋਈ 10 ਰੁਪਏ ਕੋਈ 20 ਰੁਪਏ ਕੋਈ 50 ਰੁਪਏ ਜਿੰਨੇ ਜੋਗੇ ਯੋਗਦਾਨ ਉਹ ਹੈ ਜੇ ਜੱਟ ਦੀ ਜ਼ਮੀਨ ਨਾ ਰਹੀ ਤਾਂ ਜੱਟ ਕਾਦੇ ਜੋਗਾ ਇਹੀ ਜ਼ਮੀਨ ਤੇ ਅਸੀਂ ਖੜਾਉਨੇ ਆ ਅਸੀਂ ਕਿਹੜੇ ਆਪਣੇ ਖਾਨੇ ਆ ਅਸੀਂ ਤਾਂ ਦੁਨੀਆਂ ਦਾ ਢਿੱਡ ਭਰਦੇ ਆ ਸਾਡੇ ਕੋਲ ਤਾਂ ਦੋ ਕਨਾਲਾਂ ਕਣਕ ਦੀਆਂ ਬੀਜ ਲਾ ਉਹੀ ਨਹੀਂ ਮੁੱਕਣੀਆਂ ਅਈ ਤਾਂ ਸਾਰੇ ਸੰਸਾਰ ਨੂੰ ਚੌਲ ਦੰਨੇ ਆ ਸਾਰੇ ਸੰਸਾਰ ਨੂੰ ਅੰਨ ਦਾਤਾ ਉਹ ਦੰਦਾ ਇਹਦੇ 'ਚ ਕੋਈ ਉਹ ਤਾਂ ਨਹੀਂ ਹੈ ਅਸੀਂ ਤਾਂ ਪਾਲਦੇ ਆ ਸਭ ਨੂੰ ਦੰਨੇ ਆ ਉਹ ਫਸਲਾਂ ਦਾ ਰੇਟ ਜੇ ਤੁਸੀਂ ਕਹੋ ਵੀ ਬਹੁਤ ਅਸੀਂ ਗੱਡੀਆਂ ਨਹੀਂ ਫਿਰਦੇ ਕੁਛ ਨਹੀਂ ਇੱਕ ਆਪਣੀ ਮਿਹਨਤ ਹੈ ਸਾਡੇ ਕੋਲ ਜੇ ਕਿਸਾਨੀ ਵਾਲਾ ਵੀ ਕਿਤਾ ਖੋਲਿਆ ਫਿਰ ਮਗਰ ਰਹਿ ਕੇ ਗਿਆ ਅਸੀਂ ਨਹੀਂ ਪਿੱਛੇ ਹਟਦੇ ਚਾਹੇ ਜਾਨ ਚਲੇ ਜਾਵੇ ਚਾਹੇ ਕੁਛ ਚਲੇ ਜਾਵੇ ਜਿੱਤ ਕੇ ਜਾਵਾਂਗੇ ਆ ਹਾਲਾਂਕਿ ਜਿਹੜੇ ਤਿੰਨ ਕਾਨੂੰਨ ਬਣਾਏ ਸੀ ਉਹਨਾਂ ਨੂੰ ਵਾਪਸ ਲੈ ਲਿਆ ਸੀ ਲੇਕਿਨ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਇੱਕ ਥੋੜਾ ਜਿਹਾ ਬਹਿਮ ਹੈ ਥੋੜਾ ਜਿਹਾ ਡਰ ਹੈ ਕਿ ਤੁਹਾਡੀ ਜ਼ਮੀਨ ਖੋਲੇਗਾ ਕੋਈ ਉਹਨਾਂ ਦਾ ਜੋ ਉਹਨਾਂ ਨੇ ਐਮਐਸਪੀ ਦੀ ਗਾਰੰਟੀ ਦਿੱਤੀ ਸੀ ਉਦੋਂ ਕਹਤਾ ਇਹਨਾਂ ਨੇ ਲਿਖ ਕੇ ਤਾਂ ਨਹੀਂ ਦਿੱਤਾ ਵੀ ਹਾਂ ਲਿਖ ਕੇ ਦੰਨੇ ਆਸੀਂ ਤੁਹਾਡੀ ਐਮਐਸਪੀ ਪੱਕੀ ਰਹੂਗੀ ਔਰ ਚੱਲਦੀ ਰਹੂਗੀ ਹੋਰ ਸਾਡੀਆਂ 10 11 ਮੰਗਾ ਜਿਹੜੀਆਂ ਹੈ ਉਹ ਅਜੇ ਇਹਨਾਂ ਨੇ ਪੂਰੀਆਂ ਕੋਈ ਕੰਪਲੀਟ ਕਾਗਜ਼ੀ ਕਾਰਵਾਈ ਤਾਂ ਨਹੀਂ ਕੀਤੀ ਕੱਲ ਨੂੰ ਫੇਰ ਉਹਨੂੰ ਹੋ ਸਕਦਾ ਇਸ ਕਰਕੇ 2 ਸਾਲ ਦਾ ਇਹਨਾਂ ਨੂੰ ਸਮਾਂ ਵੀ ਦੇ ਦਿੱਤਾ ਸੀ ਵੀ ਉਹ ਸਾਡੀਆਂ ਜਿਹੜੀਆਂ ਮੰਗਾਆਂ ਸਾਡੀਆਂ ਪੂਰੀਆਂ ਕਰਨ ਉਹਨੂੰ ਗਾਰੰਟੀ ਲਿਖ ਕੇ ਦੇ ਦੇਣ ਅਸੀਂ ਕਿਹੜੇ ਚਾਹੁੰਨੇ ਆ ਬੈਠ ਕੇ ਗੱਲਬਾਤ ਕਰਨ ਸਾਰੇ ਉਹ ਸਰਕਾਰ ਹੈ ਇਹਨਾਂ ਦੀ ਅਸੀਂ ਕਿਹੜੇ ਕਹਿੰਦੇ ਹਾਂ ਵੀ ਹਾਂ ਅਸੀਂ ਲੜੀਏ ਆਪਣੇ ਬੰਦਿਆਂ ਨਾਲ ਲੜਨਾ ਤਾਂ ਲੜਾਈ ਕੌਣ ਚਾਹੁੰਦਾ ਕਿਹੜੇ ਮਸਲੇ ਦਾ ਸਵਾਲ ਮੈਂ ਹੋਰ ਪੁੱਛਣਾ ਚਾਹੁੰਦਾ ਕਿ ਦੇਖੋ ਕਈ ਜਿਹੜੇ ਰਾਹ ਨੇ ਕਈ ਲਿੰਕ ਰੋਡ ਨੇ ਉਹ ਖੁੱਲੇ ਪੜੇ ਨੇ ਹਾਂਜੀ ਤੁਸੀਂ ਡੇਰਾ ਬੱਸੀ ਵਾਲਾ ਰੋਡ ਲੈ ਲਓ ਜਾਂ ਫਿਰ ਨਾਡਾ ਸਾਹਬ ਵਾਲਾ ਰੋਡ ਲੈ ਲਓ ਤੇ ਤੁਸੀਂ ਇਹੀ ਰਾਹ ਕਿਉਂ ਚੁਣੀ ਤੁਸੀਂ ਉਹ ਨਹੀਂ ਇਹ ਰਾਹ ਇਹ ਚੁਣੀ ਹੈ ਕਿ ਜਿਹੜੇ ਹੋਰ ਰਾਹ ਆ ਉਹ ਰਾਹ ਸਾਨੂੰ ਛੋਟੇ ਪੈਣੇ ਆ ਇਹ ਸਾਡਾ ਕਾਫਲਾ ਇੱਕੋ ਜਗ੍ਹਾ ਤੇ ਜਾਊਗਾ ਇੱਕੋ ਜਗ੍ਹਾ ਤੇ ਗਾਹ ਸੰਘਰਸ਼ ਦੀ ਤਿਆਰੀ ਕਰੂਗਾ ਇੱਕੋ ਜਗ੍ਹਾ ਤੇ ਸਾਨੂੰ ਰਸਤੇ ਹਾਈਵੇ ਤੇ ਮਿਲਣੇ ਆ ਜਿਹੜੇ ਤੁਸੀਂ ਹੋਰ ਰੋਡ ਕਹਿੰਦੇ ਆ ਹੋਰ ਰੋਡ ਤੇ ਤਾਂ ਸਾਰੀ ਸੰਗਤ ਨੇ ਸਾਡੀ ਨੇ ਖਿੰਡ ਜਾਣਾ ਜੇ ਅਸੀਂ ਖਿੰਡ ਗਏ ਸਾਡਾ ਕਾਫਲਾ ਇਕੱਲਾ ਇਕੱਲਾ ਹੋ ਗਿਆ ਤਾਂ ਇਹਨਾਂ ਦਾ ਤਾਂ ਭਾਰ ਫੇਰ ਸਾਡੇ ਉੱਪਰ ਬਹੁਤ ਪੈ ਜਾਣਾ ਜਦੋਂ ਤੱਕ ਅਸੀਂ ਇਕੱਠ ਜਾਉਂਗੇ ਇਕੱਠੇ ਜਾਉਂਗੇ ਤਾਂ ਕਰਕੇ ਸਾਡਾ ਕੰਮ ਲੋਟ ਆਉਣਾ ਅੱਛਾ ਮੈਂ ਇੱਕ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਕਿ ਇਹ ਦੇਖੋ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਦੋ ਮਹੀਨੇ ਮਾਹ ਹੈ ਨਾ ਜੇ ਕਾਨੂੰਨ ਬਣਾਉਣਾ ਤਾਂ ਫਿਰ ਇੱਕ ਲੰਬੀ ਲੰਮਾ ਪ੍ਰੋਸੈਸ ਹੁੰਦਾ ਹੈ ਕਿ ਕਾਨੂੰਨ ਪਹਿਲਾਂ ਬ ਉਹ ਲੋਕ ਸਭਾ ਦੇ ਵਿੱਚ ਜਾਏਗਾ ਫਿਰ ਬਾਅਦ ਚ ਪਾਸ ਹੋਏਗਾ ਲੰਬਾ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਪ੍ਰੋਟੈਸਟ ਸੀ ਇਹ ਥੋੜਾ ਜਿਹਾ ਲੇਟ ਹੋ ਗਿਆ ਨਹੀਂ ਕੋਈ ਲੇਟ ਨਹੀਂ ਅਸੀਂ ਤਾਂ ਪਹਿਲਾਂ ਜੋ ਵਾਦਾ ਕਰਕੇ ਇਹਨਾਂ ਨੇ ਤੋੜਤੇ ਸੀਗੇ ਬਾਬਾ ਨਾਨਕ ਦਾ ਜਿੱਦਣ ਜਨਮ ਦਿਨ ਸੀ ਉਦਣ ਕਿਹਾ ਵਾਦਾ ਕਰਕੇ ਨਮੁਕਰੇ ਸਰਕਾਰ ਵੀ ਅਸੀਂ ਇਹ ਤਿੰਨੇ ਕਾਨੂੰਨ ਵਾਪਸ ਲੈਣੇ ਆ ਉਦਣ ਤੇ ਕਿੰਨਾ ਸਮਾਂ ਸੀ ਲੈ ਕੇ ਦੇਣ ਨੂੰ ਇਹ ਕਿਸਾਨ ਜਥੇਬੰਦੀਆਂ ਕਿਉਂ ਉੱਠੀਆਂ ਸੀ ਤਾਂ ਹੀ ਉੱਠੀਆਂ ਸੀ ਵੀ ਸਾਡਾ ਜਿਹੜਾ ਐਮ ਐਸ ਸੀ ਪੀ ਦੀ ਗਾਰੰਟੀ ਦੇ ਦਿਓ ਹੋਰ ਜਿਹੜਾ ਕਰਜ਼ਾ ਮੁਕਤੀ ਦੇ ਦਿਓ ਬਿਜਲੀ ਸੋਧ ਬਿੱਲ ਹੋ ਪਰਾਲੀ ਦਾ ਮਸਲਾ ਹੈ ਸਾਨੂੰ ਕਹਿੰਦੇ ਪਰਾਲੀ ਨੂੰ ਅੱਗ ਨਾ ਲਾਓ ਸਾਡੇ 20% ਪਰਾਲੀ ਨੂੰ ਅੱਗ ਲੱਗਦੀ ਆ ਸਿਰਫ 15 ਦਿਨ ਬਾਕੀ ਦਿਨ ਤਾਂ ਫੈਕਟਰੀਆਂ ਦਾ ਧੂਆਂ ਹੋਰ ਕਾਹਦਾ ਧੂਆਂ ਉਹ ਨਹੀਂ ਚੜਦਾ ਸਾਡਾ ਹੀ ਅਸੀਂ ਖੁਦ ਅੰਦਰ ਵਿੱਚ ਵੜ ਕੇ ਅੱਗ ਲਾਉਨੇ ਆ ਸਾਡੇ ਤਾਂ ਕਦੇ ਅੱਗ ਆਈ ਨਹੀਂ ਅੰਦਰ ਕਦੇ ਧੂਆਂ ਨਹੀਂ ਆਇਆ ਇਹ ਸਰਕਾਰਾਂ ਨੂੰ ਚਾਹੀਦਾ ਵੀ ਜਦ ਖੁਦ ਖਜ਼ਾਨ ਖੇਤਾਂ 'ਚ ਖੜ ਕੇ ਅੱਗ ਲਾ ਰਹੇ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਇੱਥੇ 250 ਕਿਲੋਮੀਟਰ 400 ਕਿਲੋਮੀਟਰ ਕਿੱਥੇ ਦਿੱਲੀ ਕੋ ਕਿਸ ਸਵਾਲ ਮੇਰਾ ਹੋ ਰਾ ਤੁਹਾਡੀ ਨਾਰਾਜ਼ਗੀ ਯੋ ਨ ਕੇਂਦਰ ਦੀ ਸਰਕਾਰ ਦੇ ਨਾਲ ਹੈਗੀ ਹੈ ਜਾਂ ਫਿਰ ਭਗਵੰਤ ਮਾਨ ਸਰਕਾਰ ਦੇ ਨਾਲ ਵੀ ਹੈਗੀ ਹੈ ਭਗਵੰਤ ਮਾਨ ਸਰਕਾਰ ਕੋਲ ਤਾਂ ਇਹ ਰੂਲ ਹੀ ਨਹੀਂ ਵੀ ਐਮ ਐਸ ਪੀ ਗਾਰੰਟੀ ਦੇ ਦੂਗਾ ਉਹ ਪਰ ਉਹਨਾਂ ਨੇ ਕਿਹਾ ਤਾਂ ਨਾ ਉਹਨਾਂ ਨੇ ਕਿਹਾ ਤੁਸੀਂ ਕਿ ਜੇ ਮੂੰਗੀ ਲਾਓ ਤੁਸੀਂ ਅਸੀਂ ਐਮ ਐਸ ਪੀ ਦੇਵਾਂਗੇ ਅਸੀਂ ਲਾਉਨੇ ਆ ਸਾਰੀਆਂ ਫਸਲਾਂ ਲਾਵਾਂਗੇ ਜਿਹੜੀ ਭਗਵੰਤ ਮਾਨ ਵੀ ਕਹਿੰਦਾ ਮੂੰਗੀ ਲਾਓ ਜਦੋਂ ਜਿਹੜੀਆਂ ਚੀਜ਼ਾਂ ਆਸੀਂ ਸਾਨੂੰ ਜ਼ਿਆਦਾ ਬੈਨੀਫਿਟ ਆਸੀ ਉਹੀ ਕਰਾਂਗੇ